ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਆਈਡੀ ਲਗਾਉਣ ਵਾਲੇ ਦੂਸਰੇ ਮੁਲਜ਼ਮ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਨਾਲ ਮਿਲ ਕੇ ਗ੍ਰਿਫਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਅੰਮ੍ਰਿਤਸਰ ਪੁਲਿਸ ਦੇ ਅਧਿਕਾਰੀਆਂ ਨੇ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀਆਂ ਨੇ ਕਰ ਦਿੱਤੀ ਹੈ। ਕਾਊਂਟਰ ਇੰਟੈਲੀਜੈਂਸ ਨਾਲ ਰਲ ਕੇ ਜਿਹੜਾ ਇੰਟੈਲੀਜੈਂਸ ਬੇਸ ਤੇ ਆਪਰੇਸ਼ਨ ਚਲਾਇਆ ਗਿਆ ਸੀ, ਜਿਸ ਦੇ ਵਿੱਚ ਜਿਹੜਾ ਇਹ ਜੁਵਰਾਜ ਸਬਰਵਾਲ ਨਾਮ ਦਾ ਮੁਲਜ਼ਮ ਹੈ, ਇਸ ਦੀ ਗ੍ਰਿਫਤਾਰੀ ਕੁੱਲੂ ਤੋਂ ਕੀਤੀ ਗਈ ਹੈ। ਦੀਪੂ ਜਿਹੜਾ ਪਹਿਲਾ ਮੁਲਜ਼ਮ ਸੀ, ਇਸ ਦੇ ਨਾਲ ਮਿਲ ਕੇ ਦੋਵਾਂ ਨੇ 15-16 ਦੀ ਦਰਮਿਆਨੀ ਰਾਤ ਸਬ ਇੰਸਪੈਕਟਰ ਦਿਲਬਾਗ ਸਿੰਘ, ਜਿਨ੍ਹਾਂ ਨੂੰ ਹੁਣ ਪੰਜਾਬ ਪੁਲਿਸ ਨੇ ਪ੍ਰਮੋਸ਼ਨ ਦੇ ਕੇ ਇੰਸਪੈਕਟਰ ਵੀ ਬਣਾ ਦਿੱਤਾ ਹੈ, ਉਹਨਾਂ ਦੇ ਘਰ ਦੇ ਬਾਹਰ ਖੜੀ ਹਰੇ ਰੰਗ ਦੀ ਬਲੈਰੋ ਗੱਡੀ ਦੇ ਬਾਹਰ ਬਲੈਰੋ ਗੱਡੀ ਦੇ ਟਾਇਰ ਦੇ ਥੱਲੇ ਆਈਡੀ ਪਲਾਂਟ ਕੀਤਾ ਸੀ ਤੇ ਦੋਵੇਂ ਮੁਲਜ਼ਮ ਜਿਹੜੇ ਸੀ ਫਰਾਰ ਹੋ ਗਏ ਸੀ। ਤੇ ਇਸ ਮਾਮਲੇ ਦੇ ਵਿੱਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪੱਟੀ ਤੋਂ ਦੀਪੂ ਦੀਪਕ ਨਾਮ ਦੇ ਸ਼ਖਸ ਨੂੰ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਸੀ, ਪਰ ਜਿਹੜਾ ਦੂਸਰਾ ਮੁਲਜ਼ਮ ਸੀ ਆਈਡੀ ਲਗਾਉਣ ਵਾਲਾ ਜੁਵਰਾਜ ਸਬਰਵਾਲ, ਇਹ ਪਿਛਲੇ ਕੁਝ ਦਿਨਾਂ ਤੋਂ ਫਰਾਰ ਚੱਲ ਰਿਹਾ ਸੀ ਤੇ ਇਸ ਦਿਨ ਇਸ ਨੂੰ ਗ੍ਰਿਫਤਾਰ ਕਰਨ ਦੇ ਲਈ ਲਗਾਤਾਰ ਪੁਲਿਸ ਜਿਹੜੀ ਸੀ ਛਾਪੇਮਾਰੀ ਕਰ ਰਹੀ ਸੀ ਤੇ ਕਾਊਂਟਰ ਇੰਟੈਲੀਜੈਂਸ ਨੇ ਅੰਮ੍ਰਿਤਸਰ ਪੁਲਿਸ ਨਾਲ ਮਿਲ ਕੇ ਇੱਕ ਜੁਆਇੰਟ ਆਪਰੇਸ਼ਨ ਦੇ ਤਹਿਤ ਇਸ ਨੂੰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਤੋਂ ਗ੍ਰਿਫਤਾਰ ਕੀਤਾ ਤੇ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਜਿਹੜਾ ਇਹ ਮੁਲਜ਼ਮ ਹੈ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਤੇ ਮਾਨਯੋਗ ਅਦਾਲਤ ਨੇ ਜੁਵਰਾਜ ਸਬਰਵਾਲ ਨੂੰ 7 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਭੇਜ ਦਿੱਤਾ ਹੈ।